ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਉਹਨਾਂ ਦੇ ਖਿਲਾਫ਼ ਦੋਸ਼ ਪੱਤਰ ਜਿਹੜਾ ਦਾਖਲ ਕਰ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਈਡੀ ਨੇ 22 ਕਰੋੜ ਤੋਂ ਵੱਧ ਦੀ ਜਾਇਦਾਦ ਆ ਜਿਹੜੀ ਉਹ ਵੀ ਜ਼ਬਤ ਕਰ ਲਈ ਹੈ। ਇਹ ਜਾਇਦਾਦਾਂ ਦੀ ਪਛਾਣ ਕਿੱਥੋਂ ਦੀ ਹੈ ਔਰ ਈਡੀ ਨੇ ਇਸ ਮਾਮਲੇ ਦੇ ਵਿੱਚ ਅਗਲੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਨੇ। ਹਾਲਾਂਕਿ ਇੱਥੇ ਇਹ ਵੀ ਜ਼ਿਕਰਯੋਗ ਹੈ, ਦੱਸਣਾ ਬਣਦਾ ਕਿ ਇਸ ਵਕਤ ਨਿਆਂਇਕ ਹਿਰਾਸਤ ਵਿੱਚ ਚੱਲ ਰਹੇ ਨੇ ਭਾਰਤ ਭੂਸ਼ਣ ਆਸ਼ੂ। ਈਡੀ ਨੇ ਗ੍ਰਿਫਤਾਰ ਕੀਤਾ ਸੀ ਕਿਉਂਕਿ ਇਸ ਤੋਂ ਪਹਿਲਾਂ ਵਿਜੀਲੈਂਸ ਨੇ ਵੀ ਜਦੋਂ ਇਸ ਮਸਲੇ 'ਚ ਕਾਰਵਾਈ ਕੀਤੀ ਤਾਂ ਅਰੈਸਟ ਕੀਤਾ ਗਿਆ। ਉਦੋਂ ਕਾਂਗਰਸ ਨੇ ਬੜਾ ਰੋਸ ਪ੍ਰਦਰਸ਼ਨ ਕੀਤਾ ਪਰ ਗੱਲ ਬਣੀ ਨਹੀਂ। ਕਾਫੀ ਸਮਾਂ ਲੁਧਿਆਣੇ ਦੇ ਵਿੱਚ ਵੀ ਅਤੇ ਮੋਹਾਲੀ ਦਾ ਜਿਹੜਾ ਵਿਜੀਲੈਂਸ ਦਾ ਹੈੱਡਕੁਆਟਰ ਹੈ ਉੱਥੇ ਆ ਕੇ ਵੀ ਪ੍ਰਦਰਸ਼ਨ ਕੀਤਾ ਗਿਆ ਪਰ ਕੋਈ ਨਾ ਚੱਲੀ। ਇਸ ਤੋਂ ਬਾਅਦ ਅਦਾਲਤ ਦੇ ਜ਼ਰੀਏ ਹੀ ਜ਼ਮਾਨਤ ਮਿਲਦੀ ਹੈ ਭਾਰਤ ਭੂਸ਼ਣ ਆਸ਼ੂ ਨੂੰ। ਕੁਝ ਸਮਾਂ ਬਾਹਰ ਰਹਿੰਦੇ ਨੇ, ਸਰਗਰਮੀਆਂ ਕਰਦੇ ਨੇ, ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਉਹਨਾਂ ਦੀਆਂ ਸਰਗਰਮੀਆਂ ਦੇਖੀਆਂ ਗਈਆਂ। ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਖੁਦ ਪ੍ਰਧਾਨ ਨੇ ਚੋਣ ਉੱਥੋਂ ਲੜੀ ਅਤੇ ਇਸ ਕਰਕੇ ਜਿਹੜੀ ਭਾਰਤ ਭੂਸ਼ਣ ਆਸ਼ੂ ਦੀ ਜ਼ਿੰਮੇਵਾਰੀ ਵੀ ਆ ਜਿਹੜੀ ਉੱਥੇ ਵੱਧ ਗਈ ਸੀ ਕਿਉਂਕਿ ਉਹਨਾਂ ਦੇ ਪੁਰਾਣੇ ਸਿਆਸੀ ਮਿੱਤਰ ਰਵਨੀਤ ਸਿੰਘ ਬਿੱਟੂ ਦੇ ਨਾਲ ਉਹਨਾਂ ਦੀਆਂ ਦੂਰੀਆਂ ਇਸੇ ਕਰਕੇ ਵੱਧ ਗਈਆਂ। ਉਹਨਾਂ ਨੇ ਮੀਡੀਆ 'ਚ ਵੀ ਆਖਿਆ ਕਿ ਉਹ ਰਵਨੀਤ ਸਿੰਘ ਬਿੱਟੂ ਦਾ ਸਾਥ ਨਹੀਂ ਦੇਣਗੇ, ਹੁਣ ਉਹਨਾਂ ਨੂੰ ਆਸ਼ੂ ਵਰਗੇ ਯਾਰ ਨਹੀਂ ਲੱਭਣੇ ਜਿਹੜੇ ਉਹਨਾਂ ਦੇ ਨਾਲ ਮਾੜੇ ਚੰਗੇ ਸਮੇਂ 'ਚ ਖੜ ਜਾਂਦੇ ਨੇ। ਇੱਕ ਪਾਸੇ ਉਹ ਸਾਰਾ ਕੁਝ ਪੋਲੀਟੀਕਲ ਸਰਗਰਮੀਆਂ ਦੇ ਤਹਿਤ ਭਾਰਤ ਭੂਸ਼ਣ ਆਸ਼ੂ ਕਰਦੇ ਰਹੇ। ਬਾਅਦ ਵਿੱਚ ਇੱਕ ਸਮਾਂ ਆਇਆ ਕਿ ਈਡੀ ਨੇ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਹੁਣ ਕਾਰਵਾਈ ਕਿੱਥੇ ਪੁੱਜੀ ਹੈ ਅਤੇ ਦੋਸ਼ ਪੱਤਰ ਜਿਹੜੇ ਦਾਖਲ ਹੋਏ ਨੇ ਇਸ ਦੇ ਨਾਲ ਭਾਰਤ ਭੂਸ਼ਣ ਆਸ਼ੂ ਦੀਆਂ ਕੀ ਮੁਸ਼ਕਲਾਂ ਲਗਾਤਾਰ ਵਧੀਆਂ ਰਹਿਣਗੀਆਂ ਜਾਂ ਫਿਰ ਕਿਤੇ ਅਦਾਲਤੀ ਪ੍ਰਕਿਰਿਆ ਦੇ ਤਹਿਤ ਰਾਹਤ ਵੀ ਮਿਲ ਸਕਦੀ ਹੈ, ਇਸ ਦੇ ਬਾਰੇ ਜਾਣਕਾਰੀ ਦਿੰਦੇ ਹਾਂ ਤੁਹਾਨੂੰ। ਈਡੀ ਵੱਲੋਂ 22.78 ਕਰੋੜ ਦੀ ਜਾਇਦਾਦ ਹੈ ਜਿਹੜੀ ਜ਼ਬਤ ਕੀਤੀ ਗਈ ਆ। ਮੋਗਾ, ਮੋਹਾਲੀ, ਲੁਧਿਆਣਾ ਸਮੇਤ ਹੋਰ ਥਾਵਾਂ 'ਤੇ ਕਾਰਵਾਈ ਹੋਈ ਹੈ। ਟੈਂਡਰ ਘੁਟਾਲਾ ਜਿਹੜਾ ਕਥਿਤ ਘੁਟਾਲਾ ਉਸ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਖਿਲਾਫ਼ ਦੋਸ਼ ਪੱਤਰ ਦਾਖਲ ਕੀਤਾ ਗਿਆ। ਜਿਹੜੀ ਇਹ ਈਡੀ ਨੇ ਕਾਰਵਾਈ ਕਰਦੇ ਹੋਇਆਂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਕਰੋੜਾਂ ਰੁਪਏ ਦੇ ਟੈਂਡਰ ਘੁਟਾਲੇ ਨਾਲ ਜੁੜੇ ਇੱਕ ਮਾਮਲੇ 'ਚ ਹਵਾਲਾ ਅਤੇ ਹਵਾਲਾ 'ਚ ਸ਼ਾਮਲ ਵਿਅਕਤੀਆਂ ਦੀਆਂ ਅਲੱਗ ਅਲੱਗ ਥਾਵਾਂ 'ਤੇ ਆਰਜ਼ੀ ਤੌਰ 'ਤੇ 22.78 ਕਰੋੜ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਨੇ। ਟੈਂਡਰ ਘੁਟਾਲੇ 'ਚ ਗ੍ਰਿਫਤਾਰ ਕੀਤੇ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ਼ ਈਡੀ ਵੱਲੋਂ ਦੋਸ਼ ਪੱਤਰ ਦਾਖਲ ਕਰ ਦਿੱਤਾ ਗਿਆ। ਈਡੀ ਵੱਲੋਂ ਅੱਜ ਜ਼ਬਤ ਕੀਤੀਆਂ ਜਾਇਦਾਦਾਂ ਤੋਂ ਇਲਾਵਾ ਬੈਂਕਾਂ 'ਚ ਗਹਿਣੇ ਅਤੇ ਹੋਰ ਸਮਾਨ ਵੀ ਸ਼ਾਮਲ ਕੀਤਾ ਗਿਆ। ਈਡੀ ਵੱਲੋਂ ਸਾਰੀ ਜਾਣਕਾਰੀ ਮੁਤਾਬਕ ਟੈਂਡਰ ਘੁਟਾਲੇ ਨਾਲ ਸੰਬੰਧਿਤ ਇੱਕ ਮਾਮਲੇ 'ਚ ਖੰਨਾ, ਲੁਧਿਆਣਾ, ਮੋਹਾਲੀ, ਮੋਗਾ ਇੱਥੇ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜ਼ਬਤ ਕਰ ਲਿਆ ਗਿਆ ਅਤੇ ਹੋਰ ਸਮਾਨ ਵੀ ਜ਼ਬਤ ਕੀਤਾ ਗਿਆ ਜਿਨ੍ਹਾਂ 'ਚ ਗਹਿਣੇ ਵੀ ਅਤੇ ਚੱਲ ਜਾਇਦਾਦਾਂ ਅਤੇ ਐੱਫ ਡੀਆਂ ਬੈਂਕ ਖਾਤੇ ਵੀ ਸ਼ਾਮਲ ਦੱਸੇ ਜਾ ਰਹੇ ਨੇ। ਇਹ ਕਾਰਵਾਈ ਪੰਜਾਬ ਦੇ ਹੋਰ ਹਿੱਸਿਆਂ 'ਚ ਵੀ ਕੀਤੀ ਗਈ ਹੈ। ਇਹ ਵੀ ਦੱਸਿਆ ਗਿਆ ਕਿ ਇੱਕ ਵਪਾਰਕ ਉਸਾਰੀ ਜਿਹੜਾ ਕਿ ਠੇਕੇਦਾਰ ਰਾਜਦੀਪ ਸਿੰਘ, ਭਾਰਤ ਭੂਸ਼ਣ ਆਸ਼ੂ ਦੇ ਫਲੈਟ, ਗਹਿਣੇ, ਇੱਕ ਅਫਸਰ ਦੀ ਕੋਠੀ ਜ਼ਬਤ ਕੀਤੀ ਗਈ ਹੈ। ਭਾਰਤ ਭੂਸ਼ਣ ਆਸ਼ੂ ਅਤੇ ਖੁਰਾਕ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਹੋਣ ਦੇ ਕਾਰਜਕਾਲ 'ਚ ਕਰੋੜਾਂ ਦਾ ਟੈਂਡਰ ਘੁਟਾਲਾ ਕਰਨ ਦਾ ਦੋਸ਼ ਲੱਗਿਆ ਸੀ। ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਕਾਰਵਾਈ ਕੀਤੀ ਗਈ ਸੀ ਅਤੇ ਬਾਅਦ ਵਿੱਚ ਈਡੀ ਨੇ ਵਿਜੀਲੈਂਸ ਬਿਊਰੋ ਤੋਂ ਰਿਕਾਰਡ ਮੰਗ ਕੇ ਉਸ ਆਧਾਰ ਦੇ ਉੱਤੇ ਅਗਲੇਰੀ ਕਾਰਵਾਈ ਤੋਰ ਦਿੱਤੀ ਸੀ। ਹੁਣ ਈਡੀ ਵੱਲੋਂ ਭਾਰਤ ਭੂਸ਼ਣ ਆਸ਼ੂ ਅਤੇ ਉਹਨਾਂ ਦੇ ਕਰੀਬੀ ਰਾਜਦੀਪ ਦੇ ਟਿਕਾਣਿਆਂ 'ਤੇ ਛਾਪੇਮਾਰੀ ਤਾਂ ਕੀਤੀ ਗਈ ਸੀ। ਈਡੀ ਵੱਲੋਂ 24 ਅਗਸਤ 2023 ਅਤੇ 4 ਸਤੰਬਰ 2024 ਨੂੰ ਦੋਵਾਂ ਦੇ 28 ਟਿਕਾਣਿਆਂ 'ਤੇ ਜਾਂਚ ਕੀਤੀ ਗਈ। ਬਾਅਦ ਵਿੱਚ ਹਵਾਲਾ ਦੇ ਅਪਰਾਧ 'ਚ ਭਾਰਤ ਭੂਸ਼ਣ ਆਸ਼ੂ ਅਤੇ ਉਸਦੇ ਸਹਿਯੋਗੀ ਰਾਜਦੀਪ ਨੂੰ 1 ਅਗਸਤ 2024 ਅਤੇ 4 ਸਤੰਬਰ 2024 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਵਿਜੀਲੈਂਸ ਬਿਊਰੋ ਵੱਲੋਂ ਟੈਂਡਰ ਘੁਟਾਲੇ ਦਾ ਖੁਲਾਸਾ ਕੀਤਾ ਗਿਆ ਸੀ ਤਾਂ ਉਸ ਵੇਲੇ ਇਸ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਹੋਣ ਦੇ ਦੋਸ਼ ਲਗਾਏ ਗਏ ਸਨ। ਈਡੀ ਵੱਲੋਂ ਅਜੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਮਾਮਲੇ 'ਚ ਹੋਰ ਵੀ ਲੋਕਾਂ 'ਤੇ ਕਾਰਵਾਈ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਉੱਧਰ ਟੈਂਡਰ ਘੁਟਾਲੇ 'ਚ ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਭਾਰਤ ਭੂਸ਼ਣ ਆਸ਼ੂ ਖਿਲਾਫ਼ ਈਡੀ ਵੱਲੋਂ ਦੋਸ਼ ਪੱਤਰ ਦਾਖਲ ਕਰ ਦਿੱਤੇ ਗਏ। ਇਸ ਬਾਰੇ ਈਡੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਜਾਣਕਾਰੀ ਦਿੱਤੀ ਹੈ।
ਆਸ਼ੂ ਦੇ ਵਕੀਲ ਮਨਦੀਪ ਸਿੰਘ ਸਚਦੇਵਾ ਦਾ ਵੀ ਕਹਿਣਾ ਹੈ ਕਿ ਉਹਨਾਂ ਵੱਲੋਂ ਆਸ਼ੂ ਦੀ ਜ਼ਮਾਨਤ ਦੀ ਅਰਜ਼ੀ ਵੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਧਰਮਿੰਦਰਪਾਲ ਸਿੰਗਲਾ ਦੀ ਅਦਾਲਤ ਵਿੱਚ ਲਗਾ ਦਿੱਤੀ ਗਈ ਹੈ, ਜਿਸ 'ਤੇ ਸੁਣਵਾਈ ਲਈ ਅਦਾਲਤ ਨੇ 3 ਅਕਤੂਬਰ ਦੀ ਤਰੀਕ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਭੂਸ਼ਣ ਆਸ਼ੂ ਅਜੇ ਨਿਆਂਇਕ ਹਿਰਾਸਤ ਵਿੱਚ ਚੱਲ ਰਹੇ ਨੇ। 3 ਅਕਤੂਬਰ ਨੂੰ ਇਸ ਮਾਮਲੇ ਵਿੱਚ ਜਿਹੜੀ ਅਰਜ਼ੀ ਲਗਾਈ ਗਈ ਹੈ ਭਾਰਤ ਭੂਸ਼ਣ ਆਸ਼ੂ ਦੇ ਵਕੀਲ ਵੱਲੋਂ, ਉਸ 'ਤੇ ਸੁਣਵਾਈ ਹੋਵੇਗੀ। ਪਤਾ ਲੱਗਦਾ ਕਿ ਉਸ ਵਿੱਚ ਅਦਾਲਤ ਇਸ ਮਾਮਲੇ ਦੇ ਵਿੱਚ ਆਪਣੀ ਸੁਣਵਾਈ ਦੇ ਦੌਰਾਨ ਕੀ ਟਿੱਪਣੀਆਂ ਕਰ ਸਕਦੀ ਹੈ। ਪਰ ਭਾਰਤ ਭੂਸ਼ਣ ਆਸ਼ੂ ਦੀਆਂ ਈਡੀ ਵੱਲੋਂ ਦੋਸ਼ ਪੱਤਰ ਦਾਖਲ ਕਰਨ ਦੇ ਨਾਲ ਮੁਸ਼ਕਲਾਂ ਵੱਧ ਗਈਆਂ ਨੇ। ਹਾਲਾਂਕਿ ਜਦੋਂ ਕਾਂਗਰਸ ਪਾਰਟੀ ਦੇ ਲੀਡਰਾਂ ਨੇ, ਅਮਰਿੰਦਰ ਸਿੰਘ ਰਾਜਾ ਵੜਿੰਗ ਸਣੇ ਹੋਰ ਲੀਡਰਾਂ ਨੇ ਭਾਰਤ ਭੂਸ਼ਣ ਆਸ਼ੂ ਦੀ ਰਿਹਾਈ ਦੇ ਲਈ ਔਰ ਵਿਜੀਲੈਂਸ ਦੀ ਕਾਰਵਾਈ ਨੂੰ ਸਿਆਸੀ ਰੰਜਿਸ਼ ਦੇ ਤਹਿਤ ਦੱਸਿਆ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਉੱਤੇ ਦੋਸ਼ ਲਾਏ ਕਿ ਸਰਾਸਰ ਗਲਤ ਹੈ। ਜੇਕਰ ਕਿਸੇ ਨੂੰ ਨੇ ਕੁਛ ਕੀਤਾ ਤਾਂ ਉਸਦੀ ਪਹਿਲਾਂ ਜਾਂਚ ਹੋਣੀ ਚਾਹੀਦੀ ਹੈ, ਜਾਂਚ ਦੇ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਫਿਰ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਪਰ ਇਸ ਤਰ੍ਹਾਂ ਨਹੀਂ ਹੋਇਆ। ਇਹ ਜਦੋਂ ਸੱਤਾ ਤੋਂ ਬਾਹਰ ਕੋਈ ਪਾਰਟੀਆਂ ਹੁੰਦੀਆਂ ਨੇ ਅਤੇ ਆਪਣੇ ਲੀਡਰਾਂ ਨੂੰ ਬਚਾਉਣ ਦੀ ਖਾਤਰ ਇਹ ਹਮੇਸ਼ਾ ਦਲੀਲਾਂ ਦਿੰਦੀਆਂ ਨੇ, ਤਰਕ ਉਹਨਾਂ ਨੂੰ ਲੱਭਣੇ ਸ਼ੁਰੂ ਕਰ ਦਿੰਦੇ ਨੇ, ਪਰ ਜਦੋਂ ਖੁਦ ਸੱਤਾ ਵਿੱਚ ਹੁੰਦੇ ਨੇ ਤਾਂ ਉਦੋਂ ਇਹਨਾਂ ਗੱਲਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ। ਇਸੇ ਤਰ੍ਹਾਂ ਆਪੋਜੀਸ਼ਨ 'ਚ ਹੁੰਦੇ ਆਮ ਆਦਮੀ ਪਾਰਟੀ ਨੇ ਇਸੇ ਤਰ੍ਹਾਂ ਕਿਹਾ। ਹਾਲਾਂਕਿ ਆਮ ਆਦਮੀ ਪਾਰਟੀ ਉੱਤੇ ਇਸ ਤਰ੍ਹਾਂ ਵਿਜੀਲੈਂਸ ਦੀ ਕਾਰਵਾਈ ਤੇਜ਼ੀ ਨਾਲ ਬਿਲਕੁਲ ਨਹੀਂ ਚੱਲੀ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਦੋਂ ਕਾਂਗਰਸੀਆਂ 'ਤੇ ਕਾਰਵਾਈ ਹੋਈ, ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਸ਼੍ਰੋਮਣੀ ਅਕਾਲੀ ਦਲ 'ਤੇ ਹੋਈ। ਪਰ ਇਸ ਵਾਰ ਆਮ ਆਦਮੀ ਪਾਰਟੀ ਦੀ, ਬਾਕੀ ਸਾਰਿਆਂ ਨੂੰ ਨਕਾਰਦਿਆਂ ਹੋਇਆਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਦਿੱਤੇ। ਤਾਂ ਇਸ ਸਰਕਾਰ ਦੇ ਦੌਰਾਨ ਜਦੋਂ ਆਪਣੇ ਵਿਰੋਧੀਆਂ ਦੇ ਉੱਤੇ ਕੇਸ ਚਲਾਏ ਗਏ ਵਿਜੀਲੈਂਸ ਦੇ ਜ਼ਰੀਏ, ਤਾਂ ਉਸ ਦੇ ਉੱਤੇ ਸਰਕਾਰ ਦੇ ਉੱਤੇ ਹੀ ਉਲਟਾ ਦੋਸ਼ ਲਾਏ ਵਿਰੋਧੀਆਂ ਨੇ ਕਿ ਸਾਨੂੰ ਦਬਾਉਣ ਦੀ ਕੋਸ਼ਿਸ਼ ਹੈ, ਇਸ ਤਰ੍ਹਾਂ ਅਸੀਂ ਦਬਣ ਵਾਲੇ ਨਹੀਂ। ਪਹਿਲਾਂ ਜਾਂਚ ਪੜਤਾਲ ਹੋਵੇ, ਜੇ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਬੇਸ਼ੱਕ ਦੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਗੱਲ ਨੂੰ ਲੈ ਕੇ ਲਗਾਤਾਰ ਜੱਦੋਜਹਿਦ ਚੱਲਦੀ ਰਹੀ ਹੈ, ਰਾਜਨੀਤੀ ਵੀ ਹੁੰਦੀ ਰਹੀ ਹੈ। ਪਰ ਇਸ ਮਾਮਲੇ 'ਤੇ ਜਦੋਂ ਈਡੀ ਦੀ ਐਂਟਰੀ ਹੋ ਗਈ ਹੈ ਅਤੇ ਹੁਣ ਦੇਖਦੇ ਹਾਂ ਕਿ ਦੋਸ਼ ਪੱਤਰ ਦਾਖਲ ਹੋਣ ਤੋਂ ਬਾਅਦ ਹੁਣ ਜਦੋਂ ਵਕੀਲ ਨੇ ਇਸ ਬਾਰੇ ਅਰਜ਼ੀ ਦਾਖਲ ਕੀਤੀ ਹੈ ਤਾਂ 3 ਅਕਤੂਬਰ ਨੂੰ ਸੁਣਵਾਈ ਹੋਣੀ ਹੈ, ਜਿਸ ਦੇ ਵਿੱਚ ਪਤਾ ਲੱਗੇਗਾ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਅੱਜ ਦੀ ਘੜੀ ਦੇ ਮੁਤਾਬਕ ਵੱਧ ਜਾਣਗੀਆਂ ਜਾਂ ਫਿਰ ਰਾਹਤ ਮਿਲੇਗੀ ਅਦਾਲਤ ਵੱਲੋਂ। ਇਹ ਉਹਨਾਂ ਨੇ ਸਮਾਂ ਦੱਸੇਗਾ। ਫਿਲਹਾਲ ਇਸ ਜਾਣਕਾਰੀ 'ਚ ਇੰਨਾ ਹੀ। ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।